ਨਹੀਂ ਖੁੱਲੇ, ਤੁਸੀਂ ਦੁਕਾਨ ਖੋਲੋ, ਆਹ ਚੀਜ਼ ਨਾਲ ਬਣਾ ਲਈ ਕਰੋ, ਆਹ ਇਸੇ ਲਈ। ਸ਼ੁਕਰ ਅਲਹਮਦੁਲਿਲਾ, ਖਾਣਾ ਵਗੈਰਾ ਸਾਰਿਆਂ ਮਹਿਮਾਨਾਂ ਨੂੰ ਜਿਹੜਾ ਖਿਲਾ ਕੇ ਬਾਈ ਤੰਦੂਰ ਵੱਲ ਜਿਹੜਾ ਆਪਣਾ ਸਮਾਨ ਵਗੈਰਾ ਜਿਹੜਾ ਲੈ ਕੇ ਹੁਣ ਜਿਹੜਾ ਜਾ ਰਹੇ ਹੈਗੇ ਨੇ, ਕਿਉਂਕਿ ਬਾਹਰ ਜਿਹੜਾ ਵਿਲਾਗ ਵਗੈਰਾ ਨਹੀਂ ਬਣਾ ਰਹੀਆਂ, ਕਿਉਂਕਿ ਸਾਨੂੰ ਬਹਿਣਾ ਬਈ ਨੂੰ ਪਤਾ ਕੁਛ ਜਿਹੜਾ ਮਹਿਮਾਨ ਵਗੈਰਾ ਆਏ ਨੂੰ ਫਿਰ ਜਿਹੜਾ ਬੰਦਾ ਅੱਛਾ ਨਹੀਂ ਲੱਗਦਾ ਬਾਹਰ ਜਿਹੜਾ ਵਿਲਾਗ ਬਣਾਉਂਦਾ। ਅਤੇ ਮੈਂ ਚੱਲ ਥੋੜ੍ਹਾ ਬਹੁਤ ਆਪਦੇ ਬਣ ਬਈ ਜਿਹਨ ਤੰਬੂ ਵਗੈਰਾ ਹੀ ਜਿਹੜਾ ਲਾਹ ਰਹੇ ਨੇ, ਅਤੇ ਮੈਂ ਚੱਲ ਜਿੰਨਾ ਕਿ ਦੁੱਖ ਸੁੱਖ ਹੈਗਾ ਆਪਦੇ ਬਹਿਣ ਬਈਆਂ ਜਿਹੜਾ ਸ਼ੇਅਰ ਕਰ ਲੈਂਦੇ ਹਾਂ, ਅਤੇ ਅੱਲਾ ਪਾਕ ਦਾ ਸ਼ੁਕਰ ਆ ਸਾਰਿਆਂ ਬਹਿਣਾ ਬਈਆਂ। ਜੇ ਸਮਾਨ ਵਗੈਰਾ ਖਾਣੇ ਖਵਾਉਣ ਵਾਸਤੇ ਕਿਰਾਏ 'ਤੇ ਲੈ ਆਉਂਦੇ ਹਾਂ ਅਸੀਂ, ਸਮੁੰਦ ਨੂੰ ਜਿਹੜਾ ਪਲੇਟਾਂ ਹੋ ਗਈਆਂ, ਗਲਾਸ, ਜੱਗ ਵਗੈਰਾ, ਉਹ ਟੋਟਲੀ ਸਾਰੇ ਜਿਹੜਾ ਜਮ੍ਹਾਂ ਕਰਕੇ ਧੋ ਕੇ ਉਹ ਜਿਹੜੇ ਇੱਕ ਸਾਈਡ 'ਤੇ ਜਿਹੜਾ ਰੱਖੀ ਜਾਂਦੇ ਹਾਂ, ਗਿਣਤੀ ਕਰਕੇ ਫਿਰ ਉਹ ਵਾਲੇ ਜਿਹੜਾ ਪਹੁੰਚਾਉਣੇ ਹੈਗੇ ਨੇ ਰਕਸ਼ੇ 'ਤੇ ਜਾਂ ਜੋ ਵੀ ਇੰਤਜ਼ਾਮ ਹੋਇਆ। ਬਾਕੀ ਇੱਕ ਦੋ ਤੰਬੂ ਜਿਹੜਾ ਲੱਗੇ ਰਹਿਣ ਦੇਵਾਂਗੇ, ਕਿਉਂਕਿ ਬਾਈ ਉਹਨਾਂ ਦੇ ਬਰਾਂਡਾ ਵਗੈਰਾ ਕੋਈ ਨਹੀਂ, ਕਿਉਂਕਿ ਮਹਿਮਾਨ ਕੁਛ ਜਿਹੜਾ ਰਹੇ ਹੋਏ ਨੇ, ਵੇਖਣੇ ਹੁਣ ਕਿਹੜੇ ਕਿਹੜੇ ਇੱਕ ਦੋ ਤੰਬੂ ਜਿਹੜਾ ਰੱਖ ਲੈਣਗੇ, ਬਾਕੀ ਜਿਹੜਾ ਇੱਥੇ ਹੀ ਅਜੇ ਥੋੜ੍ਹੀ ਜਿਹੜਾ ਲੱਗੇ ਹੋਏ ਨੇ ਬੈਕ ਸਾਈਡ 'ਤੇ, ਅਤੇ ਉਧਰਲੀ ਸਾਈਡ 'ਤੇ ਅਜੇ ਥੋੜ੍ਹੀ ਜਿਹੜਾ ਲੱਗਾ ਖੁੱਤਾ ਥੋੜ੍ਹੀ ਦੇਣ, ਕਿਉਂਕਿ ਆਉਣ ਜਾਣ ਜਿਹੜਾ ਉਵੇਂ ਜਿਹੜਾ ਕੋਈ ਨਾ ਕੋਈ ਮਹਿਮਾਨ ਜਿਹੜਾ ਆਉਂਦਾ ਜਾਂਦਾ ਪਿਆ। ਅਤੇ ਬਾਈ ਨੇ ਬਾਈ ਹੋਰੀ ਕਹਿੰਦੇ ਨੇ ਵੀ ਥੋੜ੍ਹੀ ਦੇਰ ਜਿਹੜਾ ਠਹਿਰ ਕੇ, ਅਤੇ ਉਸ ਤੋਂ ਬਾਅਦ ਸਾਰਾ ਟੋਟਲੀ ਬਰਤਨ ਬੁਰਤਨ ਧੋ ਜਾਵਣਗੇ, ਫਿਰ ਜਿਹੜਾ ਜਾ ਕੇ ਸ਼ਾਮੀ ਸਮਾਨ ਵਗੈਰਾ ਜਿਹੜਾ ਦੇ ਆਵਾਂਗੇ। ਅਤੇ ਬਾਕੀ ਇੱਧਰ ਜਿਹੜੇ ਬਿੱਲੋ ਹੋਰਾਂ ਦੇ ਘਰੇ ਜਿਹੜਾ ਟਾਹਲੀ ਦੀ ਛਾਂ ਥੱਲੇ ਜਿਹੜਾ ਮਹਿਮਾਨ ਬੈਠੇ, ਥੋੜ੍ਹੇ ਬਹੁਤੇ ਮਹਿਮਾਨ ਜਿਹੜਾ ਉਹ ਵਾਲੇ ਦੇਸ਼ ਨੇ ਇੱਥੇ ਜਿਹੜਾ ਰਹੇ ਨੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੈਗਾ। ਬਾਕੀ ਜਿਹੜਾ ਬਾਜੀ ਹੋਰਾਂ ਲਈ ਕੁਛ ਮਹਿਮਾਨ ਨੇ, ਮੇਰੇ ਲਈ ਸਿਰਫ ਜਿਹੜਾ ਅੰਮੀ ਜੀ ਹੋਰੀ ਰਹੇ ਨੇ, ਅੰਮੀ ਜੀ ਹੋਰੀ ਸੁਬਹ ਨੂੰ ਜਿਹੜਾ ਜਾਵਣਗੇ, ਕਿਉਂਕਿ ਮੈਂ ਅੰਮੀ ਹੋਰ ਨੇ ਕਿਹਾ ਅੱਜ ਦੀ ਰਾਤ ਜਿਹੜਾ ਤੁਸੀਂ ਰਹਿ ਪਓ, ਸੁਬਹ ਨੂੰ ਜਿਹੜਾ ਚਲੇ ਜਾਣਾ। ਅਤੇ ਦੂਸਰੀ ਗੱਲ ਦੱਸ ਦੇਵਾਂ, ਅੰਮੀ ਜੀ ਦੀ ਦਵਾਈ ਜਿਹੜਾ ਆਹ ਵਾਲੀ ਜਿਹੜਾ ਲੈ ਆਉਣਾ, ਉਹਦੇ ਨਾਲ ਅੰਮੀ ਜੀ ਨੂੰ ਕਾਫੀ ਸਾਰਾ ਜਿਹੜਾ ਫਰਾ ਕੇ, ਸ਼ੁਕਰ ਅੱਲਾ ਪਾਕ ਦਾ, ਅੱਬੂ ਜਿਹੜਾ ਉਹ ਚਲੇ ਗਏ ਨੇ, ਅਤੇ ਬਾਕੀ ਬਾਈ ਹੋਰੀ ਜਿਹੜਾ ਉਹ ਹੀ ਚਲੇ ਗਏ ਨੇ। ਬਰਤਨ ਬੁਰਤਨ ਜਿਹੜਾ ਕੁਛ ਧੋਪੇ ਪਏ ਨੇ, ਬਾਕੀ ਜਿਹੜਾ ਥੋੜ੍ਹੇ ਬਹੁਤੇ ਧੋਣ ਵਾਲੇ ਰਹਿੰਦੇ ਨੇ ਉਹ ਸਵੇਰਾ ਰੂਨ ਕਹਿੰਦੀਆਂ ਧੋ ਲੈਂਦੇ ਨੇ, ਧੋ ਕੇ ਫਿਰ ਆ ਭੀੜੀਆਂ ਭੂੜੀਆਂ ਜਿਹੜੀਆਂ ਚੱਕ ਕੇ ਵੀ ਗਾਲੀਆਂ ਅੰਦਰ ਜਿਹੜਾ ਰੱਖ ਦਿੰਦੇ ਹਾਂ। ਬਾਕੀ ਚੱਲ ਕੇ ਜਿਹੜਾ ਇਹਦੇ ਉੱਤੇ ਜਿਹੜਾ ਗੋਸ਼ਤ ਵਗੈਰਾ ਜਿਹੜਾ ਤੋਲ ਕੇ ਫਿਰ ਜਿਵੇਂ ਜਿਹੜਾ ਵੇ ਦੇਗਾਂ ਦੇ ਪਾਉਣਾ ਉਹ ਵਾਲ ਜਿਹੜਾ ਬਾਈਅਰ ਪਾਉਂਦੇ ਰਹਿਣ, ਅਤੇ ਕੂਲਰ 'ਚ ਪਾਣੀ ਬਰਫ਼ ਪਾ ਕੇ ਬਾਈਅਰ ਉਹਨਾਂ ਨੂੰ ਉੱਥੇ ਜਿਹੜਾ ਬਾਹਰ ਦਿੱਤਾ ਸੀ। ਇਹੀ ਧੋਣ ਵਾਲਾ ਹੈਗਾ, ਟੋਟਲੀ ਕਰਦੇ ਕੰਮ ਨਾਲ ਦੇ ਨਾਲ ਕਰਨੇ ਹਾਂ, ਕਿਉਂਕਿ ਫਿਰ ਮਹਿਮਾਨ ਹੈਗੇ ਨੇ, ਫਿਰ ਸ਼ਾਮ ਨੂੰ ਇਹਨਾਂ ਦਾ ਖਾਣਾ ਵਗੈਰਾ ਦੇ ਇੰਤਜ਼ਾਮ ਜਿਹੜਾ ਨਾਲ ਦੇ ਨਾਲ ਕਰਨਾ ਪੈਣਾ ਤਾਂ, ਪਰ ਮੈਂ ਫਿਰ ਚੱਲ ਜਿਹੜਾ ਕਰਦਾ ਜਿੰਨਾ ਕੰਮ ਜਲਦੀ ਜਿਹੜਾ ਖਤਮ ਕਰਨੇ ਆ ਨਾਲ ਦੇ ਨਾਲ, ਫਿਰ ਜਿਹੜਾ ਮਹਿਮਾਨਾਂ ਨੂੰ ਦੇਖਣੇ ਆ। ਬਾਕੀ ਜਿਸ ਤਰ੍ਹਾਂ ਕਾਫੀ ਸਾਰੀਆਂ ਚੀਜ਼ਾਂ ਜਿਹੜਾ ਸਮੇਟਾਂ ਨਾਲੀਆਂ, ਇੱਥੇ ਬਾਈ ਗੋਸ਼ਤ ਬਣਾਉਣ ਵਾਲੇ ਜਿਹੜਾ ਖਾਣਾ ਖਾਂਦੇ ਰਹੇ ਉਹ ਵਾਲੀਆਂ ਸਾਰੀਆਂ ਚੀਜ਼ਾਂ ਜਿਹੜਾ ਸਮੇਟਾਂ ਨਾਲੀਆਂ, ਜਾਂ ਫਿਰ ਅਲੀ ਵਾਰੀ ਆਉਂਦੇ ਨੇ ਤਾਂ ਫਿਰ ਜਿਹੜਾ ਸਾਰੀਆਂ ਚੀਜ਼ਾਂ ਜਿਹੜਾ ਸਮੇਟ ਲੈਂਦੇ ਹਾਂ, ਜਾਂ ਫਿਰ ਅਲੀ ਆ ਗਿਆ, ਬਾਕੀ ਆਹ ਵਾਲੀਆਂ ਸਾਰੀਆਂ ਚੀਜ਼ਾਂ ਜਿਹੜਾ ਸਮੇਟ ਕੇ ਸਾਰੀਆਂ ਇਕੱਠੀਆਂ ਕਰਕੇ ਜਿਹੜਾ ਇਹ ਵੀ ਧੋ ਕੇ ਇੱਥੇ ਆਹ ਵਾਲੇ ਕਿਰਾਏ ਵਾਲੇ ਟੱਪ ਟੁੱਪ ਹੈਗੇ ਨੇ ਵਾਲੇ ਜਿਹੜਾ ਦੇਵੀਏ ਸਾਰਿਆਂ ਨੂੰ ਸਾਧ ਸਾਰੀ। ਹਾਂ, ਅਤੇ ਇੱਥੇ ਜਿਹੜਾ ਦੇਗਾਂ ਵਗੈਰਾ ਸਾਰੀਆਂ ਟੋਟਲੀ ਜਿਹੜਾ ਇੱਥੇ ਤੰਬੂ ਵਗੈਰਾ ਲਾਇਆ ਹੋਇਆ ਛਾਂ ਦੀ ਪਾਰੂ, ਹੁਣ ਜਿਹੜਾ ਨਾਲ ਦੇ ਨਾਲ ਇਹ ਵਾਲੇ ਜਿਹੜਾ ਲਾ ਰਿਹਾ ਨਾਲ ਦੇ ਨਾਲ ਇਹ ਵਾਲੀ ਆਹ ਸਾਰੀ ਅੱਗ ਉੱਗੀ ਜਾ ਫਿਰ ਲਈ ਇੱਕ ਸਾਈਡ 'ਤੇ ਜਿਹੜਾ ਕਰਕੇ ਅਤੇ ਸਾਰੇ ਜਿਹੜਾ ਇੱਟਾਂ ਉੱਟਾਂ ਚਾ ਕੇ ਇੱਕ ਸਾਈਡ 'ਤੇ ਜਿਹੜਾ ਰੱਖ ਲੈਂਦੇ ਹਾਂ, ਅਤੇ ਮੱਟੀ ਜਿਹੜਾ ਵੀ ਟੋਇਆਂ 'ਤੇ ਪਾ ਦਿੰਦੇ ਫਿਰ ਬੱਚਿਆਂ ਨੂੰ ਕੋਈ ਜਿਹੜਾ ਟੋਏ ਚਲਾ ਜਾਵੇ, ਕਿਉਂਕਿ ਸਾਰੀ ਟੋਟਲੀ ਜਿਹੜਾ ਅੱਗ ਹੀ ਅੱਗ ਇੱਥੇ ਜਿਹੜਾ ਪਈ ਆ ਸਾਹਮਣੇ ਤਾਂ ਪਾਰੂ ਇਹ ਵਾਲੀ ਮੈਂ ਤੁਹਾਨੂੰ ਪਹਿਲੇ ਜਿਹੜਾ ਆਹ ਕਰ ਲਵੀ ਇੱਟਾਂ ਸਮਾਰ ਕੋ ਬਾਲਣਾ, ਚਲੋ ਸਹੀ ਹੋ। ਹਾਂ, ਇਹ ਵਾਲੀਆਂ ਸਾਰੀਆਂ ਚੀਜ਼ਾਂ ਜਿਹੜਾ ਚਾਹ ਚੂਹ ਕੇ ਨਾ ਬਰਤਨ ਬੁਰਤਨ, ਹਾਂਜੀ ਆਹ ਸਾਰੀਆਂ ਚੀਜ਼ਾਂ ਜਿਹੜਾ ਚੱਕ ਲੈਂਦੇ ਹਾਂ। ਅੱਛਾ, ਔਰ ਜੀ ਸਾਰਾ ਖਤਮੇ ਪਾਕ ਜਿੰਨਾ ਹੋ ਗਿਆ ਸੀ, ਅਤੇ ਉਸ ਤੋਂ ਬਾਅਦ ਜਿੰਨਾ
ਹੁਣ ਵੇਜਣ ਅੰਗਾਰੇ ਜਿਹੜੇ ਬੁੱਝ ਰਹੇ ਸੀ ਉਹਦੇ ਉੱਤੇ ਭੱਜੇ ਨੇ ਪਾਣੀ ਛਿੜਕ ਰਹੇ ਨੇ ਤੱਕ ਜਿਹਨੇ ਕਿਸੇ ਦੇ ਪੈਰ ਵਗੈਰਾ ਨੇ ਜਲਨੇ ਟੋਪੀ ਸਾਫ਼ ਕਰ ਰਹੇ ਨੇ ਬਰਤਨ ਇੱਕ ਜਿਹਾ ਕਰ ਜਿਹਨੂੰ ਇਕੱਠੇ ਕਰ ਰਹੇ ਨੇ ਅਤੇ ਸਾਹਮਣੇ ਵਾਲਾ ਜਿੰਨਾ ਉਹ ਤੰਬੂ ਜਿੰਨਾ ਉਖਾੜ ਰਹੇ ਨੇ ਹਾਂਜੀ ਤਾਂ ਭੇਜ ਦੇਣਾ ਕਬਰ ਧੋ ਕੇ ਆ ਗਏ ਥੋੜ੍ਹਾ ਬਹੁਤ ਇਲਾਜ ਦੇਣਾ ਕੱਲ੍ਹ ਬਣਾਇਆ ਮੈਂ ਥੋੜ੍ਹਾ ਬਹੁਤ ਆਟ ਬਣ ਜੀ ਫਿਰ ਮੰਮੀ ਬਾਹਰ ਲਈ ਆ ਤੂੰ ਬਹਿ ਜਾ ਥੋੜ੍ਹੇ ਵਗੈਰਾ ਜਿਹੜਾ ਦੇਖਾਂ ਉਹਨੂੰ ਅੱਜ ਸਾਰੇ ਦੇਣਾ ਪੂਰ ਕੇ ਮੈਂ ਕੋਲ ਜਿਹੜਾ ਪੂਰ ਲੈਂਦੇ ਮੈਨੂੰ ਫਿਰ ਥੋੜ੍ਹਾ ਬਹੁਤ ਜਿਹੜਾ ਝਾੜੂ ਵਗੈਰਾ ਲਾ ਦਿੰਦਾ ਥੋੜ੍ਹਾ ਜਿਹੜਾ ਸਾਫ਼ ਸੁਥਰਾ ਦੇ ਹਾਂ ਮਹਿਮਾਨ ਵਗੈਰਾ ਗਾਰਡਨ 'ਚ ਸਾਰੀ ਚੁਗਲੀ ਕਰਨੀ ਆ ਇੱਥੇ ਜਿਹੜਾ ਰੋਟੀਆਂ ਲੱਗਦੀਆਂ ਨੇ ਫਿਰ ਜਿਹੜਾ ਦੋ ਦਿਨ ਠਹਿਰ ਕੇ ਯਾਰ ਜਿਹੜੇ ਨੇ ਅੱਜ ਸਾਹਿਬ ਜਿਹੜੇ ਦੋਵਾਂਗੇ ਕਿਉਂਕਿ ਆਟਾ ਥੱਲੇ ਜਿਹੜਾ ਡੁੱਲਾ ਹੋਇਆ ਥੱਲੇ ਵਾਲੀ ਸਾਈਡ 'ਚ ਸਾਰਾ ਜਿਹੜਾ ਚਿਬੜਿਆ ਹੋਇਆ ਅਤੇ ਵਾਲੀ ਸਾਈਡ ਜਿਹੜਾ ਦੋਵਾਂ ਲਾ ਲੈਣੀ ਔਰ ਜੀ ਕੱਲ੍ਹ ਜਿੰਨਾ ਖਤਮੇ ਪਾਕ ਜਿੰਨਾ ਹੋ ਗਿਆ ਸੀ ਅਤੇ ਅੱਜ ਬੁੱਜੇ ਦਾ ਮਾਸ਼ਾਅੱਲਾ ਜਿਹੜੀਆਂ ਦੇਗਾਂ ਕੀਤੀਆਂ ਸੀ ਉਹਨਾਂ ਦੇ ਜਿੰਨਾ ਟੋੜੇ ਵਗੈਰਾ ਪੂਰ ਰਹੇ ਨੇ ਹਾਂ ਅੱਗ ਹੀ ਪਈ ਹੈ ਹਾਂ ਕੋਲੇ ਉੱਡ ਕੇ ਕਿੱਧਰ ਜਾਵਣਗੇ ਤਾਂ ਅੱਗ ਲੱਗ ਜਾਵੇ ਜੀ ਅਤੇ ਅੰਮੀ ਜੀ ਇੱਥੋਂ ਜਿੰਨਾ ਸਾਰਾ ਝਾੜੂ ਦੇ ਰਹੀਆਂ ਨੇ ਹਾਂ ਅਤੇ ਸਾਹਮਣੇ ਵਾਲਾ ਤੰਬੂ ਵਗੈਰਾ ਜਿੰਨਾ ਸਾਰੇ ਹੀ ਹਾਂਜੀ ਇਹਦੇ ਸਾਹਮਣੇ ਵਾਲਾ ਜਿਹਨਾਂ ਪਿੱਛੇ ਗਰਾਂ ਚ ਲਾਇਆ ਸੀ ਉਹ ਵਾਲੇ ਜਿੰਨੇ ਹਾਂਜੀ ਗੁੰਮ ਹੋ ਗਏ ਨੇ ਹਾਂ ਉਹ ਅਜੇ ਥੋੜ੍ਹੀ ਸਾਰਿਆਂ ਘਰਾਂ ਲਾਉਣ ਜਾ ਕੇ ਚਲੋ ਪਤਾ ਕਰਾਂਗੇ ਲੈ ਕੇ ਕਿਉਂਕਿ ਉਹਨਾਂ ਨੇ ਫਿਰ ਉਹਨਾਂ ਦੇ ਬਰਤਨਾਂ ਦੇ ਪੈਸੇ ਲੈ ਲੈਣੇ ਤਾਂ ਮੈਂ ਪੁੱਛ ਲੈਂਦੀ ਹਾਂਜੀ ਪਰਾਤ ਵੀ ਹਨ ਚਲੋ ਅਤੇ ਮਾਸ਼ਾਅੱਲਾ ਇੱਥੇ ਅੱਬੂ ਜੀ ਨੇ ਟੋੜੇ ਵਗੈਰਾ ਪੂਰ ਲਏ ਨੇ ਅਤੇ ਹੁਣ ਜਿੰਨਾ ਜਿਹੜਾ ਕੋਇਲਾ ਵਗੈਰਾ ਸੀ ਨਾ ਉਹ ਬਾਹਰ ਸਿੱਟ ਰਹੇ ਨੇ ਔਰ ਇੱਥੇ ਹੀ ਸਾਰੇ ਟੋੜੇ ਵਗੈਰਾ ਜਿੰਨਾ ਪੂਰ ਦਿੱਤੇ ਸੀ ਅਤੇ ਪਾਣੀ ਦਾ ਜਿੰਨਾ ਅੱਛੀ ਤਰ੍ਹਾਂ ਛਿੜਕਾਓ ਕਰ ਦਿੱਤਾ ਤਾਂ ਕਿ ਜਿੰਨਾ ਗੱਟਾ ਮਿੱਟੀ ਉੱਠੇ ਨਾ ਇਸ ਵਜ੍ਹਾ ਤੋਂ ਪਾਣੀ ਦੇ ਉੱਤੇ ਛਿੜਕਾਓ ਕਰ ਦਿੱਤਾ ਸੀ ਮਾਸ਼ਾਅੱਲਾ ਹਾਂਜੀ ਅਤੇ ਬਾਹਰ ਜਿਵੇਂ ਤੁਹਾਨੂੰ ਜਿੰਨਾ ਦਿਖਾ ਦਿੱਤਾ ਸੀ ਪਾਣੀ ਵਗੈਰਾ ਛਿੜਕ ਦਿੱਤਾ ਅਤੇ ਮੈਂ ਵੀ ਜਿੰਨਾ ਨਾਲ ਹੈ ਜੇਬ ਅਲੀ ਵੀ ਨਾਲ ਹੈ ਅਤੇ ਅੱਬੂ ਜੀ ਵੀ ਜਿੰਨਾ ਨਾਲ ਹੈ ਰੱਖ ਦਿੰਦੇ ਹਾਂ ਫਿਰ ਥੋੜ੍ਹੀ ਦੇਰ ਕਿਉਂਕਿ ਬਾਜੀ ਔਰ ਜਿੰਨਾ ਇੰਤਜ਼ਾਮ ਮਹਿਮਾਨਾਂ ਜਿੰਨਾ ਰੋਟੀ ਸਾਲਣ ਦਾ ਕੀਤਾ ਕੁਝ ਮਹਿਮਾਨ ਤਾਂ ਜਿੰਨਾ ਕੱਲ੍ਹ ਹੀ ਚਲੇ ਗਏ ਸੀ ਭੈਣਾਂ ਬਾਈਆਂ ਨੇ ਦੱਸਿਆ ਹੈਗਾ ਵੀ ਜਿਹੜਾ ਕਰੀਬੀ ਜਿਹੜਾ ਰਿਸ਼ਤੇਦਾਰ ਉਹ ਜਿਹੜਾ ਰਹੇ ਹੋਏ ਨੇ ਇੱਥੇ ਅਤੇ ਬਾਕੀ ਸਾਰਿਆਂ ਭੈਣ ਬਾਈਆਂ ਦਾ ਬਹੁਤ ਬਹੁਤ ਸ਼ੁਕਰੀਆ ਜਿਹੜਾ ਮੇਰੇ ਦਾਦਾ ਜੀ ਵਾਸਤੇ ਜਿਹੜਾ ਇਹੀਆਂ ਦੁਆਵਾਂ ਕੀਤੀਆਂ ਨੇ ਇੱਕ ਵਾਰੀ ਫਿਰ ਜਿੰਨਾ ਬਹੁਤ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਸਾਹਿਬ ਕਿਉਂਕਿ ਸਾਰਿਆਂ ਭੈਣਾਂ ਬਾਈਆਂ ਦੇ ਮੂੰਹ 'ਚ ਨਿਕਲੀਆਂ ਦੁਆਵਾਂ ਅੱਲਾ ਪਾਕ ਸੋਹਣਾ ਜਿਹੜਾ ਕਬੂਲ ਕਰ ਸੀ ਅਤੇ ਅੱਬੇ ਜੀ ਦੇ ਅਗਲਾ ਜਿਹੜਾ ਰਸਤਾ ਸਾਫ਼ ਹੋ ਜਾ ਸੀ ਹਾਂਜੀ ਅਤੇ ਬਾਕੀ ਸਾਰੇ ਭੈਣਾਂ ਬਈ ਨੇ ਬਿਲਕੁਲ ਜਿਸ ਤਰ੍ਹਾਂ ਅਚਾਨਕ ਸਾਨੂੰ ਜਿਹੜਾ ਪਤਾ ਹੀ ਕੋਈ ਨਹੀਂ ਸੀ ਜੀ ਬਈ ਅੱਬੇ ਜੀ ਜਿਸ ਤਰ੍ਹਾਂ ਅਚਾਨਕ ਜਿਹੜਾ ਮੌਤ ਬਿਲਕੁਲ ਅੱਬਾ ਜੀ ਹੁਣ ਜਿਹੜਾ ਆਸਤਾ ਆਸਤਾ ਤੰਦਰੁਸਤ ਈਦ ਵਾਲੇ ਦਿਨ ਤਾਂ ਬਿਲਕੁਲ ਠੀਕ ਠਾਕ ਹਾਂਜੀ ਹੈਗੇ ਸੀ ਬਲਕਿ ਸਮਝ ਲਓ ਈਦ ਦੇ ਤੀਸਰੇ ਦਿਨ ਹੀ ਫੌਤ ਹੋਏ ਨੇ
ਸਾਲਾਂ ਨੂੰ ਜਿਹੜਾ ਬਣਾ ਬਣੂ ਕੇ ਦਿੱਤਾ ਜੋ ਅੱਲਾ ਪਾਕ ਨੇ ਲਿਖੀ ਆ ਕਿਤੇ ਆਪਾਂ ਜਿਹੜਾ ਅੰਮਾ ਸਹਿਣ ਜਾਣਾ ਹੈਗਾ ਕੋਈ ਜਿਵੇਂ ਕਿਸੇ ਦਾ ਟਾਈਮ ਜੋ ਕਿਸੇ ਦਾ ਟਾਈਮ ਮੁਕਰਰ ਹੁੰਦਾ ਨਾ ਉਸਨੇ ਉਸੇ ਵਕਤ ਹੀ ਜਾਣਾ ਚਾਹੀਦਾ ਮਾਂ ਰਹੇ ਚਾਹ ਨਹੀਂ ਹੈ ਅਤੇ ਬਸ ਇਹ ਦੁਆ ਕਰਨੇ ਅੱਲਾ ਪਾਕ ਅੱਬੇ ਜੀ ਨੂੰ ਜਿੰਨਾ ਤੁਸੀਂ ਜੋ ਸੀ ਦੇਣਾ ਜਗ੍ਹਾ ਤਾਂ ਥੋੜ੍ਹਾ ਬਹੁਤ ਦੇਣਾ ਜੇ ਤੁਹਾਨੂੰ ਦੁਕਾਨ ਦਾ ਮਹਿਮਾਨ ਆਉਂਦੇ ਨਾਸ਼ਤੇ ਨੂੰ ਤੇ ਬਾਕੀ ਸਾਬਣ ਵਗੈਰਾ ਹਰ ਚੀਜ਼ ਸਮਝ ਲਓ ਫਿਰ ਜਿਹੜਾ ਜੋ ਜ਼ਰੂਰਤ ਦੀ ਹੈਗੀ ਸੀ ਥੋੜ੍ਹੀ ਬਹੁਤੀ ਉਹ ਫਿਰ ਇੱਥੇ ਜਿਹੜਾ ਦੁਕਾਨ 'ਚ ਚੱਕ ਕੇ ਜਿਹੜਾ ਅਤੇ ਇਸਤੇਮਾਲ ਕਰਦੇ ਰਹੇ ਇੱਕ ਵਾਰੀ ਸਮਝ ਲਓ ਜਿਹੜਾ ਹਰ ਚੀਜ਼ ਨਵੀਂ ਤਰੀਕੇ ਨਾਲ ਜਿਹੜਾ ਤਿਆਰ ਕਰਕੇ ਅਤੇ ਫਿਰ ਜਿਹੜਾ ਅੱਜ ਹੁਣ ਕੁਛ ਮਹਿਮਾਨ ਹੈਗੇ ਨੇ ਉਹਨਾਂ ਦਾ ਖਾਣਾ ਵਗੈਰਾ ਜਿਹੜਾ ਪਾ ਕੇ ਰਿਹਾ ਕਿਉਂਕਿ ਆਟਾ ਉੱਟਾ ਨਾਲ ਜਿਹੜਾ ਜਿੰਨੀ ਕੈਲਫ ਵਗੈਰਾ ਅਸੀਂ ਵਾਢੀ ਉਹਨਾਂ ਨੂੰ ਕਰਾਇਆ ਹੈਗੀਆਂ ਬਾਹਰੋਂ ਸਾਰਾ ਜਿਸ ਤਰ੍ਹਾਂ ਤੁਸੀਂ ਵੇਖਿਆ ਹੈਗਾ ਸਾਰਾ ਸਮਝ ਲਓ ਮੈਂ ਜਿਹੜਾ ਅਗਲਾ ਸਾਰਾ ਜਿਹੜਾ ਕਚਰਾ ਵਗੈਰਾ ਜਿਹੜਾ ਸਾਰਾ ਕੂੜਾ ਜਿਹੜਾ ਸਿੱਟ ਦਿੱਤਾ ਉਜ ਕੇ ਪਾਣੀ ਵਗੈਰਾ ਤਰੋ ਕੇ ਦਿੱਤਾ ਹੈਗਾ ਮੈਂ ਮਹਿਮਾਨ ਕਿਉਂਕਿ ਉਹਦੇ ਜਿਹੜਾ ਬਿੱਲੋ ਹੋਰਾਂ ਦੇ ਘਰੇ ਬੈਠੇ ਹੋਏ ਨੇ ਕਿਉਂਕਿ ਉੱਥੇ ਦੋ ਦਰਖਤ ਹੈਗੇ ਨੇ ਛਾਂ ਦੇ ਥੱਲੇ ਉੱਥੇ ਜਿਹੜਾ ਬਹਿ ਜਾਂਦੇ ਜਿਹੜਾ ਮਾਈਆਂ ਜਿਹੜੀਆਂ ਉਹ ਵਾਲੀਆਂ ਬਹਿ ਜਾਂਦੀਆਂ ਕੁਛ ਜਿਹੜਾ ਬੈਕ ਸਾਈਡ 'ਤੇ ਬਹਿ ਜਾਂਦੇ ਇਸੇ ਤਰ੍ਹਾਂ ਅਤੇ ਅੱਬੂ ਜੀ ਸੁਬਾਹ ਸੁਬਾਹ ਆਉਣ ਅੰਮੀ ਜੀ ਜਿਹੜਾ ਚਲੇ ਗਏ ਨੇ ਕਿਉਂਕਿ ਅੰਮੀਆਂ ਵੀ ਜਿਹੜਾ ਜ਼ਿਆਦਾ ਧੁੱਪ ਹੋਈ ਫਿਰ ਮੈਂ ਜਿਹੜਾ ਜਾਇਆ ਨਹੀਂ ਜਾਂਦਾ ਅਤੇ ਮੈਂ ਹੀ ਆਖਿਆ ਚਲੋ ਕੋਈ ਨਹੀਂ ਅੰਮੀ ਹੋਰੀ ਸੁਣ ਲਓ ਜਿਹੜਾ 4-5 ਦਿਨ ਰਹੇ ਹਾਂ ਇੱਥੇ ਹੀ ਰਹੇ ਨੇ ਜਿਹੜਾ ਸਾਸ ਅੰਮੀ ਉਹ ਅੰਮੀ ਹੋਰਾਂ ਜਿਹੜਾ ਖਾਲਾਂ ਲੱਗਦੀਆਂ ਹੀ ਤਾਂ ਪਰ ਅੰਮੀ ਹੋਰ ਆਖਿਆ ਵੀ ਜਿਹੜਾ ਮੈਂ ਵੀ ਜਿਹੜਾ ਰਵਾਂਗੀ ਜਿੰਨੇ ਦਿਨ ਸੁਣ ਲਓ ਜਿਹੜਾ ਖਤਮੇ ਪਾਕ ਨਹੀਂ ਹੋ ਜਾਂਦਾ ਫਿਰ ਅੰਮੀ ਸ਼ਾਮ ਨੂੰ ਜਾਊਗਾ ਮੈਂ ਆਖਿਆ ਅੰਮੀ ਚਲਾ ਰਹਿਣ ਦੋ ਸੁਬਾਹ ਜਿਹੜਾ ਚਲੇ ਜਿਹੜਾ ਕਿਉਂਕਿ ਸਮਝ ਲਓ ਥੋੜ੍ਹਾ ਜਿਹਾ ਐਵੇਂ ਜਿਹੜਾ ਤਸੱਲੀ ਦੇਣ ਨੂੰ ਮਿਲ ਜਾਂਦੀ ਥੋੜ੍ਹਾ ਜਿਹਾ ਹੌਸਲਾ ਮਿਲ ਜਾਂਦਾ ਕਿਉਂਕਿ ਅੰਮੀ ਅੱਬੂ ਦਾ ਜਿਹਨੂੰ ਪਤਾ ਹੈਗਾ ਉਹਨਾਂ ਨੂੰ ਪਤਾ ਹੈਗਾ ਵੀ ਇੱਕ ਮਾਂ ਬਾਪ ਕੀ ਚੀਜ਼ ਹੁੰਦੇ ਨੇ ਮਾਂ ਬਾਪ ਦਾ ਜਿਹੜਾ ਇੱਕ ਮੈਂ ਵੀ ਦੁਨੀਆਂ ਤੋਂ ਵੱਖਰਾ ਜਿਹੜਾ ਮਕਾਮ ਹੀ ਹੁੰਦਾ ਅਤੇ ਜਿਹਦਾ ਮਾਂ ਬਾਪ ਚਲਾ ਜਾਵੇ ਉਹਨੂੰ ਪਤਾ ਲੱਗਦਾ ਵੀ ਮਾਂ ਬਾਪ ਦਾ ਰੁਤਬਾ ਕੀ ਹੁੰਦਾ ਅਤੇ ਮਾਂ ਬਾਪ ਕੀ ਚੀਜ਼ ਹੁੰਦੀ ਭਾਵੇਂ ਸਾਡਾ ਸਹੁਰਾ ਹੈਗਾ ਸੀ ਅਤੇ ਮੈਨੂੰ ਜਿਹੜਾ ਬਿਲਕੁਲ ਜਿਸ ਤਰ੍ਹਾਂ ਮੈਨੂੰ ਆਪਣਾ ਅੱਬੂ ਪਿਆਰਾ ਲੱਗਦਾ ਬਿਲਕੁਲ ਉਸੇ ਤਰੀਕੇ ਲੱਗਦਾ ਸੀ ਕਿਉਂਕਿ ਉਹਨੂੰ ਸਾਡਾ ਇੰਨਾ ਫਿਕਰ ਹੁੰਦਾ ਸੀ ਦੁਕਾਨ ਅਸੀਂ ਕਦੀ ਵੀ ਨਹੀਂ ਨਾ ਖੋਲ੍ਹਣੀ ਜਾ ਕਰਨਾ ਤਾਂ ਉਹਨੇ ਕਹਿਣਾ ਕੀ ਹੋਇਆ ਦੁਕਾਨ ਨਹੀਂ ਖੁੱਲ੍ਹੇ ਤੁਸੀਂ ਦੁਕਾਨ ਖੋਲ੍ਹੋ ਆਹ ਚੀਜ਼ ਨਾਲ ਬਣਾ ਲਈ ਕਰੋ ਆਹ ਸੇਲ ਇਸ ਤਰ੍ਹਾਂ ਕੀਤੀ ਕਰੋ ਆਹ ਇਸ ਤਰ੍ਹਾਂ ਤੁਹਾਨੂੰ ਆਹ ਦੇ ਬੱਚਿਆਂ ਦੀ ਅੱਲਾ ਪਾਕ ਜਿਹੜਾ ਰੋਜ਼ੀ ਦੇਵੇਗਾ ਕਦੇ ਕੋਈ ਚੀਜ਼ ਨਾ ਹੋਣੀ ਥੋੜ੍ਹੀ ਜਿਹੀ ਪਰੇਸ਼ਾਨੀ ਹੋਣੀ ਤਬੇ ਜੀ ਆਖਣਾ ਤੁਸੀਂ ਪਰੇਸ਼ਾਨ ਨਾ ਹੋ ਅੱਲਾ ਪਾਕ ਇਸ ਮਸਲੇ ਦਾ ਹੀ ਇਨਸ਼ਾਅੱਲਾ ਹੱਲ ਕਰਸੀ ਅਤੇ ਜਦੋਂ ਅੱਛੇ ਹਾਲਾਤ ਹੋਣੇ ਅੱਬੇ ਜੀ ਨੇ ਬੜਾ ਖੁਸ਼ ਹੋਣਾ ਕਹਿਣਾ ਮੇਰਾ ਬੜਾ ਦਿਲ ਰਾਜ਼ੀ ਹੋਇਆ ਤੁਸੀਂ ਇੰਨਾ ਸਮਝ ਲਓ ਜਿਹੜਾ ਇਸ ਤਰ੍ਹਾਂ ਅੱਲਾ ਪਾਕ ਨੇ ਦਾਨ ਦਿੱਤਾ ਤਾਂ ਇਸ ਤਰ੍ਹਾਂ ਤੁਸੀਂ ਖੁਸ਼ਹਾਲ ਹੋ ਕੇ ਜਿਹੜਾ ਖਾ ਰਹੇ ਹੋ ਅਤੇ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਅੰਮੀ ਅੱਬੂ ਦੀਆਂ ਜਿਹੜੇ ਉਹ ਸਮਝਾਉਂਦੇ ਨੇ ਸਮਝ ਲਓ ਸਾਨੂੰ ਜੋ ਵੀ ਹੋਵੇ ਅਸੀਂ ਕੋਈ ਗਲਤੀ ਕਰਨ ਲੱਗੀਏ ਸਾਨੂੰ ਉਸੇ ਵਕਤ ਕਹਿਣਾ ਵੀ ਇਸ ਰਸਤੇ ਤੁਸੀਂ ਨਹੀਂ ਜਾਣਾ ਇਸ 'ਤੇ ਜਿਹੜਾ ਅਤੇ ਅੱਲਾ ਪਾਕ ਹੁਣ ਜ਼ਿੰਦਗੀ ਕਰੇ ਅੰਮੀ ਜੀ ਹੋਰਾਂ ਦੀ ਕਿਉਂਕਿ ਜਿਸ ਤਰ੍ਹਾਂ ਤੁਹਾਨੂੰ ਬਹਿਣਾ ਦੇਣ ਪਤਾ ਅੰਮੀ ਦੀ ਤਬੀਅਤ ਕਾਫੀ ਸਾਰੀ ਜਿਹੜਾ ਸਰਦੀਆਂ ਜਿਹੜਾ ਬਿਮਾਰ ਹੋ ਗਈ ਹੈ ਅੱਲਾ ਪਾਕ ਉਹਨੂੰ ਜਿਹੜਾ ਜ਼ਿੰਦਗੀ ਕਰੇ ਤਾਂ ਅੱਲਾ ਪਾਕ ਉਹਨੂੰ ਤੰਦਰੁਸਤੀ ਦੇਵੇ ਲੇਕਿਨ ਅੱਬੇ ਜੀ ਦੀ ਜਗ੍ਹਾ ਆਪਣੀ ਜਗ੍ਹਾ ਅਤੇ ਅੰਮੀ ਜੀ ਦੀ ਜਿਹੜਾ ਜਗ੍ਹਾ ਆਪਣੀ ਜਗ੍ਹਾ ਹੈਗੀ ਆ ਅਤੇ ਮੈਂ ਤਾਂ ਬਿਲਕੁਲ ਜਿਹੜਾ ਜਿਸ ਤਰ੍ਹਾਂ ਮੇਰਾ ਆਪਣਾ ਅੰਮੀ ਅੱਬੂ ਹੋਏ ਬਿਲਕੁਲ ਮੈਂ ਉਸੇ ਤਰੀਕੇ ਬਲਕਿ ਸਾਰੇ ਜਿਹੜਾ ਸਾਰੀਆਂ ਮੇਰੀਆਂ ਦਰਾਣੀਆਂ ਜਠਾਣੀਆਂ ਸਭ ਵੀ ਅਸੀਂ ਜਿਵੇਂ ਜਿਸ ਤਰ੍ਹਾਂ ਅੱਜ ਦੇ ਦਿਨ ਤਾਂ ਹੁੰਦਾ ਸੌ ਹੁੰਦਾ ਮਸਲੇ ਮਸਲੇ ਘਰਾਂ ਜਿਹੜਾ
ਚਲਦੇ ਰਹਿੰਦੇ ਨੇ ਲੇਕਿਨ ਅੰਮੀ ਅੱਬੂ ਹੋ ਗਿਆ ਬਾਕੀ ਬਾਈ ਹੋ ਗਏ ਕਿਸੇ ਨੇ ਕਿਸੇ ਨਾਲ ਕਦੇ ਵੀ ਕਿਸੇ ਕਿਸਮ ਦੀ ਨਹੀਂ ਕੀਤੀ ਅਤੇ ਅੱਬੂ ਦਾ ਸਮੂਹ ਲੇਖ ਜਿਹੜਾ ਇੰਨੀ ਕੁ ਉਹਦੀ ਜ਼ਬਾਨ ਮਿੱਠੀ ਹੈਗੀ ਸੀ ਜਿੰਨੇ ਚੱਕਾਂ ਵਾਲੇ ਹੈਗੇ ਨੇ ਬਲਕਿ ਕੱਲ੍ਹ ਬਾਈ ਜਹਾਜ਼ ਨੇ ਥੋੜ੍ਹੀ ਬਹੁਤੀ ਖਤਮੇ ਪਾਕ ਦੀ ਵੀਡੀਓ ਬਣਾਈ ਉਹਦੇ ਵੇਖਣਾ ਕਿੰਨੀ ਆਵਾਮ ਜਿਹੜਾ ਜਮ੍ਹਾਂ ਹੈਗੀ ਸੀ ਅੱਬੇ ਜੀ ਦੀ ਜਿਹੜਾ ਖਤਮੇ ਪਾਕ ਦੇ ਅਤੇ ਉਹਦੀ ਸਮੂਹ ਲਓ ਜ਼ਬਾਨ 'ਤੇ ਅਤੇ ਬਾਕੀ ਸਾਰੇ ਜਿਹੜਾ ਜਾਂ ਫਿਰ ਦਬਾਈ ਜਿੱਥੇ ਸਮੂਹ ਲਓ ਕਿਸੇ ਦੀ ਕੋਈ ਫੌਤਗੀ ਵਗੈਰਾ ਸਾਰਿਆਂ ਲਿਆਉਂਦੇ ਜਾਂਦੇ ਹਨ ਤਾਂ ਉਸੇ ਤਰੀਕੇ ਸਮੂਹ ਲਓ ਜਿਹੜਾ ਸਾਰੀ ਦੁਨੀਆਂ ਨੇ ਸਾਡੀ ਜਿਹੜੇ ਜਿਸ ਤਰ੍ਹਾਂ ਹੀ ਹੁੰਦਾ ਸਾਰੇ ਆਏ ਨੇ ਅੱਬੇ ਜੀ ਦੀ ਸਮੂਹ ਲਓ ਕਲਾਮੇ ਪਾਕ ਜਿਹੜਾ ਆ ਕੇ ਬਖਸ਼ਿਆ ਨੇ ਦੂਸਰਾ ਕੱਲ੍ਹ ਖਤਮੇ ਪਾਕ ਆ ਸਾਰੇ ਉਸ 'ਤੇ ਵੀ ਆਏ ਨੇ ਸਾਰਿਆਂ ਨੇ ਅਫਸੋਸ ਵੀ ਕੀਤਾ ਜਿੰਨਾ ਕਿ ਸਾਰੇ ਜੋ ਹੈਗਾ ਕੋਈ ਲੱਕੜਾਂ ਪਾਟ ਰਿਹਾ ਕੋਈ ਦੇਗਾਂ ਪਕਵਾ ਰਿਹਾ ਕਿੰਨੀ ਕੈਲ ਵਗੈਰਾ ਮੰਜੇ ਮੁੰਜੇ ਲਿਆ ਰਿਹਾ ਕੋਈ ਤੰਬੂ ਵਗੈਰਾ ਲਾ ਰਿਹਾ ਕਾਫੀ ਸਾਰਿਆਂ ਬਹਿਣਾ ਬਈਆਂ ਨਾਲ ਨਾਲ ਸਾਨੂੰ ਜਿੰਨਾ ਕੰਮ ਕੁੰਮ ਕਰਾਇਆ ਹੈਗਾ ਕਰਾ ਕੇ ਸਮੂਹ ਨੂੰ ਸਾਰਾ ਪਾਣੀ ਪੂਣੀ ਮਹਿਮਾਨ ਆ ਰਹੇ ਜਾ ਰਹੇ ਕਿਉਂਕਿ ਸਾਰਿਆਂ ਬਹਿਣਾ ਬਈ ਪਤਾ ਕੋਈ 10-15 ਹੀ ਮਹਿਮਾਨ ਆ ਜਾਵਣ ਸੰਭਾਲਣੇ ਜਿੰਨਾ ਔਖੇ ਨੇ ਅਤੇ ਮਾਸ਼ਾਅੱਲਾ ਫਿਰ ਜਿੰਨਾ ਕਾਫੀ ਸਾਰੇ ਹੈਗੇ ਸੀ ਅਤੇ ਸਾਰਿਆਂ ਦਾ ਸ਼ੁਕਰ ਅੱਲਾ ਪਾਕ ਦਾ ਕਰਨੇ ਹਾਂ ਵੀ ਬੜਾ ਸੋਹਣੇ ਤਰੀਕੇ ਜਿੰਨਾ ਖਾਣਾ ਵਗੈਰਾ ਹਰ ਚੀਜ਼ ਸਮੂਹ ਨੂੰ ਬੜੇ ਅੱਛੇ ਤਰੀਕੇ ਦੇਣਾ ਪੂਰੀ ਆ ਗਈ ਕਿਸੇ ਕਿਸਮ ਦੀ ਕੋਈ ਜਿਹੜਾ ਕਮੀ ਨਹੀਂ ਹੋਈ ਬਲਕਿ ਜਿਹੜਾ ਜਿੰਨਾ ਸਾਲਣ ਵਗੈਰਾ ਬਾਅਦ ਦੇ ਜਿਹੜਾ ਬਾਅਦ 'ਚ ਵੀ ਗਿਆ ਸੀ ਨਾ ਬਾਕੀ ਕੁਛ ਚੀਜ਼ਾਂ ਵਗੈਰਾ ਜਿਹੜਾ ਜਿਸ ਤਰ੍ਹਾਂ ਪੀੜੀਆਂ ਵਗੈਰਾ ਹੋ ਗਿਆ ਉਹ ਵਾਲੀਆਂ ਜਿਹੜਾ ਸਮੇਟਾਂ ਨਾਲ ਕੁੜਤੇ ਸਮਾਨ ਵਗੈਰਾ ਜਿਹੜਾ ਉਹ ਵਾਲਾ ਵੀ ਰੱਖ ਲੈਂਦੇ ਕਿਉਂਕਿ ਜਿਵੇਂ ਫਿਰ ਜਿਹਦੇ ਲਈ ਮਹਿਮਾਨ ਵਗੈਰਾ ਆਉਂਦੇ ਰਹਿਣ ਜਿਵੇਂ ਜਿਵੇਂ ਆਪੋ ਆਪ ਜਿਹੜਾ ਫਿਰ ਉਹਨਾਂ ਨੂੰ ਸਲਾਉਂਦੇ ਸੁਣਾਉਂਦੇ ਰਹੇ ਆ ਕੋਈ ਬਾਜੀ ਹੋਰਾਂ ਲਈ ਕੋਈ ਅੱਧੇ ਬਾਜੀ ਹੋਰਾਂ ਨੂੰ ਜਿਵੇਂ ਸਾਰਿਆਂ ਦਾ ਮਹਿਮਾਨਾਂ ਦਾ ਹੀ ਇੰਤਜ਼ਾਮ ਜਿਹੜਾ ਅਤੇ ਹੁਣ ਚੱਲ ਕੇ ਜਿਹੜਾ ਬਾਜੀ ਹੋਰਾਂ ਦੀ ਹੈਲਪ ਵਗੈਰਾ ਜਿਹੜਾ ਕਰਨੇ ਆ ਅਤੇ ਕਰਾ ਕੇ ਉਹਨਾਂ ਨੂੰ ਰੋਟੀ ਸਾਲਾਂ ਦੇ ਕਰਨੇ ਕੱਪੜੇ ਜਿਹੜਾ ਭਿਗੋ ਕੇ ਸਵੇਰਾ ਰੋਜ਼ ਉਹਨਾਂ ਨੂੰ ਕਰਨੀਆਂ ਰੱਖ ਦੇ ਕਿਉਂਕਿ ਹੁਣ ਜਿਹੜਾ ਧੁੱਪ ਕਾਫੀ ਅੱਜ ਨਾਲ ਕਾਫੀ ਸਾਰੀਆਂ ਅੱਜ ਸੁਬਹਾ ਸੁਬਹਾ ਜਿਹੜਾ ਗਏ ਨੱਬੇ ਜੀ ਦੀ ਕਬਰ 'ਤੇ ਅਤੇ ਵਾਪਸੀ ਆਉਂਦੇ ਤੱਕ ਕਰ ਜਿਹੜਾ ਕਾਫੀ ਸਾਰੀ ਧੁੱਪ ਜਿਹੜਾ ਕਿਉਂਕਿ ਵੱਡੀ ਬਾਜੀ ਹਰੀ ਗਏ ਹੋਏ ਜਾਂ ਫਿਰ ਲਈ ਗਿਆ ਅਤੇ ਬਾਜੀ ਜਿਹੜਾ ਬੇਟੀ ਗਈ ਹੋਈ ਆ ਅਤੇ ਬਾਕੀ ਦੂਸਰੀ ਮੇਰੀ ਛੋਟੀ ਨਾਂ ਦੇ ਜਿਹੜਾ ਉਹ ਵੱਲ ਗਈ ਹੋਈ ਸੁਬਹਾ ਜਾ ਕੇ ਜਿਹੜਾ ਦਰੁਦੇ ਪਾਕ ਪੜਿਆ ਹੈਗਾ ਹੱਥੀ ਬਾਕੀ ਨਾਂ ਦੇ ਜਿਹੜਾ ਪੁਰਾਣੇ ਪਾਕ 'ਤੇ ਬਹਿ ਕੇ ਜਿਹੜਾ ਪੜ੍ਹਦੇ ਰਹੇ ਹੈਗੇ ਨੇ ਅਤੇ ਬਸ ਅੱਲਾ ਪਾਕ ਅੱਗੇ ਹੀ ਦੁਆ ਕਰਨੇ ਅੱਬੇ ਦਿਨ ਜਿੰਨਾ ਕੋਈ ਕਿਸੇ ਕਿਸਮ ਦਾ ਜਿੰਨਾ ਕੀ ਹੈਗਾ ਅੱਲਾ ਪਾਕ ਜਿਹਨਾਂ ਦੀ ਬਖਸ਼ਿਸ਼ ਕਰੇ ਜਿਸ ਤਰ੍ਹਾਂ ਸਾਰਿਆਂ ਪੈਣਾ ਪਈਆਂ ਜਿੰਨਾ ਦੁਆਵਾਂ ਕੀਤੀਆਂ ਸਾਰਿਆਂ ਪੈਣਾ ਪਈਆਂ ਕਿਹਾ ਅਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਦੁੱਖ ਸ਼ਰੀਕ ਕੋਈ ਸਾਡਾ ਦੁੱਖ ਵੰਡਿਆ ਅਤੇ ਬਿਲਕੁਲ ਮੇਰੀ ਯੂਟਿਊਬ ਮੇਰੀ ਫੈਮਿਲੀ ਬਣ ਕੇ ਮੇਰੀ ਸਾਰੀ ਫੈਮਿਲੀ ਜਿੰਨਾ ਮੈਨੂੰ ਲਿਖਾਇਆ ਹੈਗਾ ਕਿਉਂਕਿ ਇਹ ਮੌਕਾ ਹੁੰਦਾ ਯਾਦ ਪੈਣਾ ਪਈਆਂ ਜਿੰਨਾ ਸ਼ਨਾਖਤ ਕਰਨ ਦਾ ਕਿਉਂਕਿ ਸੁੱਖ ਹੈ ਤਾਂ ਹਰ ਕੋਈ ਜਿਹੜਾ ਸ਼ਰੀਕ ਹੋ ਜਾਂਦਾ ਜਿਹੜਾ ਭੈਣ ਵੀਰਾ ਆਪਣਾ ਜਿਹੜਾ ਦੁੱਖ ਇੱਕ ਦੂਸਰੇ ਦਾ ਵੰਡੇ ਨਾ ਉਹ ਅਸਲ ਭੈਣ ਬਾਈ ਹੁੰਦਾ ਅਤੇ ਇਹਦਾ ਵਿਲਾਗ ਕਰਨੇ ਉੱਥੇ ਹੀ ਖਤਮ ਕਿਉਂਕਿ ਇਹਦਾ ਵਿਲਾਗ ਬਣਾਉਣ ਦਾ ਮਕਸਦ ਇਹੀ ਹੈਗਾ ਕਿਉਂਕਿ ਇਹ ਵੀ ਮੇਰਾ ਜਿਹੜਾ ਇੱਕ ਕਾਰੋਬਾਰ ਹੈਗਾ ਮੇਰੇ ਬੱਚਿਆਂ ਨੂੰ ਸਮੂਹ ਜਿਹੜਾ ਰੋਜ਼ੀ ਰੋਟੀ ਹੈਗੀ ਅਗਰ ਇਹ ਮੈਂ ਨਾ ਬਣਾਵਾਂ ਤਾਂ ਮੇਰਾ ਚੈਨਲ ਅੱਗੇ ਕਾਫੀ ਸਾਰਾ ਥੱਲੇ ਹੈਗਾ ਮੈਂ ਕਹਿੰਦੀ ਹਾਂ ਹੋਰ ਮਜ਼ੀਦ ਨਾ ਹੋ ਜਾਵੇ ਹੋਰ ਮਹਿਮਾਨ ਹੀ ਹੈਗੇ ਨੇ ਵਿਲਾਗ ਬਣਾਉਣ 'ਤੇ ਦਿਲ ਵੀ ਨਹੀਂ ਕਰਦਾ ਫਿਰ ਕੀ ਕਰੀਏ ਥੋੜ੍ਹਾ ਬਹੁਤਾ ਮੈਂ ਕਿ ਜਿੰਨਾ ਕਿ ਯਾਦ ਬਣ ਗਈ ਜਿਹੜਾ ਸ਼ੇਰ ਵਾਲਾ ਜਿਹੜਾ ਕੀਤੀ ਰੱਖਾਂਗੇ ਅੱਲਾ ਹਾਫਿਜ਼ ਅੱਲਾ ਨਿਗਹਿਬਾਨ।